ਜੰਮੂ ਕਸ਼ਮੀਰ ਤੇ ਲੱਗੀ ਧਾਰਾ 370 ਅਤੇ 35 ਏ ਹਟਾਉਣ ਦੇ ਵਿਰੋਧ ਦੇ ਵਿੱਚ ਅੱਜ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਰੈਲੀ ਕੱਢੀ ਜਾਣੀ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਜਥੇਬੰਦੀਆਂ ਨੂੰ ਜਿਹੜਾ ਵੱਖ-ਵੱਖ ਜਗ੍ਹਾ ਤੇ ਰੋਕ ਲਿਆ ਅਤੇ ਇਸ ਰੈਲੀ ਵਿੱਚ ਸ਼ਾਮਲ ਹੋਣ ਨਹੀਂ ਦਿੱਤਾ ਗਿਆ। ਇੱਕ ਜਥਾ ਜਿਹੜਾ ਮੋਹਾਲੀ ਦੇ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਤੇ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਰਹੰਦ ਛੱਡ ਦਿੱਤਾ ਗਿਆ। ਅਸੀਂ ਇੱਥੇ ਦੁਸ਼ਹਿਰਾ ਗਰਾਊਂਡ ਦੇ ਬਿਲਕੁਲ ਲਾਗੇ ਗੁਰਦੁਆਰਾ ਅੰਬ ਸਾਹਿਬ ਦੇ ਕੋਲ ਖੜੇ ਹਾਂ। ਇੱਥੇ ਜਿੱਥੇ ਰੈਲੀ ਹੋਣੀ ਸੀ, ਰੈਲੀ ਤਾਂ ਨਹੀਂ ਹੋ ਸਕੀ ਪਰ ਪ੍ਰਦਰਸ਼ਨ ਇੱਥੇ ਜਾਰੀ ਹੈ। ਆਓ ਤੁਹਾਨੂੰ ਕੁਝ ਤਸਵੀਰਾਂ ਦਿਖਾਉਂਦੇ ਹਾਂ ਤੇ ਕੁਝ ਕਾਰਕੁਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੇ ਹੱਕ ਵਿੱਚ ਆਵਾਜ਼ ਉਠਾਈ ਹੈ, ਉਹ ਆਵਾਜ਼ ਨੂੰ ਕੁਚਲਿਆ ਜਾਵੇ, ਉਹਨਾਂ ਨੂੰ ਫੌਜ ਪੁਲਿਸ ਦੇ ਦਮ 'ਤੇ ਧਮਕਾਇਆ ਜਾਵੇ, ਡਰਾਇਆ ਜਾਵੇ ਵੀ ਉਹ ਘਰਾਂ 'ਚ ਡੱਕੇ ਜਾਣ। ਪਰ ਅੱਜ ਭਾਵੇਂ ਉਹ ਲੋਕ ਇੱਥੇ ਗਰਾਊਂਡ 'ਚ ਨਹੀਂ ਪਹੁੰਚੇ, ਥਾਂ ਥਾਂ 'ਤੇ ਸੜਕਾਂ ਜਾਮ ਕਰਕੇ ਬੈਠੇ ਉਹ 15,000 ਲੋਕ, ਉਹ ਇਹਨਾਂ ਦੇ ਮੂੰਹ 'ਤੇ ਚਪੇੜਾ ਮਾਰ ਰਹੇ ਨੇ ਵੀ ਪੰਜਾਬ ਦੇ ਲੋਕ ਡਰਦੇ ਨਹੀਂ ਇਹਨਾਂ ਸਰਕਾਰਾਂ ਦੀਆਂ ਘੁਰਕੀਆਂ ਤੋਂ। ਅਤੇ ਜਿਹੜਾ ਝੂਠ ਪਿਛਲੇ 1.5 ਮਹੀਨੇ ਤੋਂ ਫੈਲਾਇਆ ਜਾ ਰਿਹਾ ਵੀ ਹਿੰਦੁਸਤਾਨ ਦੇ ਲੋਕ, ਕਸ਼ਮੀਰ ਦੇ ਲੋਕ ਉਹ ਸਰਕਾਰ ਦੇ ਫੈਸਲੇ ਤੋਂ ਖੁਸ਼ ਨੇ, ਅੱਜ ਉਸ ਝੂਠ ਦੇ ਉੱਤੋਂ ਪਰਦਾ ਚੁੱਕਿਆ ਗਿਆ ਕਿ ਕਸ਼ਮੀਰ ਦੇ ਲੋਕਾਂ ਦੀ ਇਸ ਜਿਹੜੇ ਫੈਸਲੇ ਦੇ ਵਿੱਚ ਕੋਈ ਰਜ਼ਾ ਨਹੀਂ, ਪੰਜਾਬ ਦੇ ਲੋਕ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਨੇ।
ہندوستان دے لوگ اس فیصلے دے حق وچ نہیں نے، تھان تھان تو جڑے کشمیری لوکاں دا جائز سنگھرش ہے انہاں دے حق وچ انصاف پسند بہادر لوگ او انہاں سرکاراں دا منہ توڑ جواب دیندے ہوئے سڑکاں تے اتر رہے نے، تے اج دے سمے ملے اے بھی سمجھن دی لوڑ ہے۔ کشمیری لوگ اج پورے ہندوستان دے لوگ نیڑے وہ اسی طرح جدو تک انہوں نے حق کچھ لے جان گے وہ بولتے رہن گے تو اسی انہیں کشمیری لوگوں کا 370 35 بہادروں تک نہیں چلا جائے گا۔